ਅੱਛਾ ਦੋਸਤੋ, ਸਾਡੀ ਮੁਕੰਮਲ ਟੀਮ ਮੌਜੂਦ ਹੈ ਅਤੇ ਅਸੀਂ ਜਨਾਬ ਗੱਲਬਾਤ ਕਰਨੀ ਹੈ ਆ ਡਰਾਈਵਰ ਹਜ਼ਰਾਤ ਨਾਲ। ਠੀਕ ਹੈ ਜੀ, 75 ਆਰਸ ਪਾਵਰ 554 110 ਆਰਸ ਪਾਵਰ ਜਨਾਬ 4x4 ਦੋਵੇਂ ਟਰੈਕਟਰ ਜਨਾਬ ਮੌਜੂਦ ਨੇ, ਇੰਟਰਵਿਊ ਲੈਣਗੇ। ਵੀਡੀਓ ਮੁਕੰਮਲ ਦੇਖਣੀ ਦੋਸਤੋ, ਜ਼ਰਾ ਉੱਚੀ ਬੋਲੋ। ਵਾਲੇਕੁਮ ਸਲਾਮ, ਵੈਰੀ ਗੁੱਡ। ਜੱਟ ਵੀਰਾਂ, ਆਪਾਂ ਤਾਂ ਤੁਹਾਨੂੰ ਰੱਖੋ ਕੰਮ, ਅਤੇ ਆਪਣਾ ਨਾਮ ਦੱਸਦੇ ਚੱਲੋ, ਤਾਰਫ ਕਰਾਉਂਦੇ ਚੱਲੋ ਆਪਣਾ। ਤੁਸੀਂ ਜ਼ਿਆਦਾ ਦੱਸੋ ਉਹਨੂੰ ਚੱਲੋ ਭਰਾ। ਹਾਂਜੀ, ਇਕਬਾਲ, ਇਕਬਾਲ ਅਹਿਮਦ, ਵੈਰੀ ਗੁੱਡ। ਤੁਹਾਡਾ ਨਾਮ? ਮੁਹੰਮਦ ਅਹਿਮਦ। ਮੁਹੰਮਦ ਅਹਿਮਦ, ਮੁਹੰਮਦ ਅਹਿਮਦ ਦਾ ਟਰੈਕਟਰ ਹੈ ਜਨਾਬ ਉਹ 754 ਕਾਰਡ 754 75 ਹੋਸ ਪਾਵਰ। ਇਹਦੇ ਬਾਈਰਾਂ ਦਾ ਟਰੈਕਟਰ ਇਕਬਾਲ ਬਾਈਰਾਂ ਦਾ ਹੈਗਾ ਜਨਾਬ ਕਾਰ ਵਰਲਡ 1104 110 ਹੋਸ ਪਾਵਰ ਜਿਵੇਂ ਹੈ ਜੀ। ਅੱਛਾ, ਹੁਣ ਤੁਸੀਂ ਇਹ ਦੱਸੋ ਵੀ ਟਰੈਕਟਰ ਨੂੰ ਇਸ ਤੋਂ ਪਹਿਲੇ ਕਿਹੜੇ ਕਿਹੜੇ ਆਪਾਂ ਚਲਾਏ ਨੇ? ਇਸ ਤੋਂ ਪਹਿਲਾਂ ਜੀ ਸਾਰੇ ਚਲਾਏ ਨੇ ਮੈਂ ਸੀ। ਅੱਛਾ, 385 ਸਹੀ, ਅਤੇ 375 ਮਿਲਤ ਵਾਲਿਆਂ ਦੇ ਰੂਸੀ ਹੋ ਗਿਆ। ਮਤਲਬ ਤੁਸੀਂ ਆਪਣੇ ਜਿਹੜੇ ਲੋਕਲ ਪਾਕਿਸਤਾਨ ਵਿੱਚ ਚੱਲ ਰਹੇ ਨੇ ਉਹ ਤੁਸੀਂ ਚੰਗੇ ਟਰੈਕਟਰ ਸਾਰੇ ਚਲਾਏ ਨੇ। ਅੱਛਾ, ਇਹ ਦੱਸੋ ਵੀ ਇਹਨਾਂ ਟਰੈਕਟਰ ਨੂੰ ਲਿਆਉਂਦਿਆਂ ਨੂੰ ਕਿੰਨੀ ਕੁ ਦੇਰ ਹੋ ਗਈ ਆ? ਸਾਨੂੰ ਤਕਰੀਬਨ ਇੱਕ ਹਫ਼ਤਾ ਹੀ ਹੋਇਆ। ਅੱਛਾ, ਰਕਬਾ ਕਿੰਨਾ ਜਿੱਥੇ ਇਸਤੇਮਾਲ ਹੋਇਆ? ਇੱਥੇ ਰਕਬਾ ਇਹਨਾਂ ਦਾ ਇੱਕ ਟਰੈਕਟਰ ਉਹਦੇ ਹੀ ਹੈ ਬਿੰਦੀ ਲਾਲੇ ਕੀ। ਅੱਛਾ, ਇਹਨਾਂ ਤਿੰਨ ਮੰਗਾਏ ਨੇ, ਦੋ ਛੋਟੇ ਮੰਗਾਏ ਨੇ ਸਹੀ 75 ਹੋਸ ਪਾਵਰ ਸਹੀ, ਅਤੇ ਇੱਕ ਮੰਗਾਇਆ ਵੱਡਾ 110। ਅੱਛਾ, ਹੁਣ ਇਹ ਦੱਸੋ ਵੀ ਇੱਥੇ ਤਾਂ ਕੀ ਬੀਜਦੇ ਨੇ, ਇਹਨਾਂ ਤੋਂ ਕੀ ਕੰਮ ਲੈਂਦੇ? ਇਹਨਾਂ ਕੋਲ ਜੀ ਬਸ ਗੋਬਰ ਦਾ ਕੰਮ ਹੈ। ਅੱਛਾ, ਅਤੇ ਅੱਲਾਂ ਦਾ ਹੈ, ਜ਼ਿਆਦਾਤਰ ਰੋਟਾਵੈਟਰ ਦਾ ਹੁੰਦਾ ਕਿਉਂਕਿ ਮੱਕੀ ਦੇ ਜਿਹੜੇ ਇਹਨਾਂ ਸੁੱਟੇ ਉਹ ਖਰਾਬ ਕਰਦੇ ਨੇ। ਰੋਟਾਵੈਟਰ ਦਾ ਕੰਮ ਤਕੜਾ ਵੀ ਹੁੰਦਾ ਹੈ, ਟਰੈਕਟਰ ਦੀ ਜਾਨ ਕੱਢਦਾ ਰੋਟਾਵੈਟਰ ਜਿਵੇਂ ਹੈ ਨਾ ਜੀ। ਅਤੇ ਆਪਣੇ ਕੋਲ ਤਾਂ ਹੁਣ ਮਾਂ ਸਾਡਾ ਰੋਟਾਵੈਟਰ ਵੀ ਬਣਾਉਣਾ ਹੈ, ਕੱਢਣਾ ਬਣਾ 90 ਚੀਜ਼ ਦਾ 12 ਫੁੱਟ ਅਤੇ 90 ਕਟਰ ਦਾ ਜ਼ਬਰਦਸਤ ਹੋ ਗਿਆ। ਅੱਛਾ, ਇਹ ਟਰੈਕਟਰ ਤੁਹਾਨੂੰ ਕਿਵੇਂ ਲੱਗਾ? ਸਾਨੂੰ ਇਹ ਟਰੈਕਟਰ ਜੀ ਬਹੁਤ ਅੱਛੇ ਲੱਗੇ ਨੇ ਸਹੀ। ਕੋਈ ਇੱਕ ਦੋ ਇਹਨਾਂ ਦੀ ਖੂਬੀਆਂ ਹੈ ਨਾ, ਯਾਨੀ ਕਿ ਫਲ ਹੈ ਜਿਹੜੇ ਉਹ ਤੁਹਾਨੂੰ ਦੱਸ ਦੇ ਸਾਂ ਬਾਅਦ ਸਹੀ, ਅਤੇ ਬਾਕੀ ਦੇ ਇਹਨਾਂ ਦਾ ਸਿਰਫ ਇਹ ਮਾਮਲਾ ਵੀ ਸਾਨੂੰ ਤਾਂ ਇਸ ਚੀਜ਼ ਦੀ ਪਰੇਸ਼ਾਨੀ ਵੀ ਇਹਨਾਂ ਦਾ ਜਿਹੜਾ ਨਾ ਸਪੇਅਰ ਪਾਰਟ ਉਹ ਤੁਹਾਨੂੰ ਸਾਨੂੰ ਯਾਨੀ ਕਿ ਇਹ ਇਹਦਾ ਮਾਰਕੀਟ ਨਹੀਂ ਇਸ ਇਲਾਕੇ ਨਜ਼ਦੀਕ, ਜਾਂ ਥੋੜ੍ਹੇ ਦੂਰ ਜਾਣਾ ਪਿਆ ਸੀ, ਬਾਕੀ ਦੇ ਦੂਸਰੇ ਨਾਲੋਂ ਆਸਾਨੀ ਵੀ ਹੈ। ਉਹ ਬਾਈ ਇਕਬਾਲ, ਪਤਾ ਕੀ ਹੈ, ਜਿਵੇਂ ਐਸਾ ਅੱਗੇ ਜ਼ਿਆਦਾ ਚੱਲਣਗੇ ਨਾ, ਜਿਵੇਂ ਆਪਣੇ ਪਾਕਿਸਤਾਨ ਵਿੱਚ ਪਹਿਲੇ ਰੂਸੀ ਆਇਆ ਸੀ, ਉਹਦਾ ਵੀ ਪਾਰਟਸ ਪਹਿਲੇ ਔਖਾ ਲੱਗਦਾ ਹੈ, ਹੌਲੀ ਹੌਲੀ ਉਹ ਆਮ ਹੋ ਗਿਆ, ਆਪਣਾ ਪਾਰਟਸ ਖੁੱਲ੍ਹਾ ਆਮ ਲੱਭਣ ਲੱਗ ਪਿਆ। ਕਿਸ ਲਈ? ਆਪਣੇ ਪਾਕਿਸਤਾਨ ਵਿੱਚ ਇਹਨਾਂ ਦਾ ਪਾਰਟਸ ਬਣਨ ਲੱਗ ਪਿਆ ਨਾ, ਮੁੜ ਆਪਾਂ ਨੂੰ ਇੱਥੋਂ ਜਿਹੜੇ ਸ਼ਹਿਰ ਵਿੱਚ ਮਰਜ਼ੀ ਜ਼ਿਆਦਾ ਲੱਗੇ ਜਾਓ ਇਹਨਾਂ ਪਾਰਟਸ ਪਾ ਦਿਓ। ਬਾਕੀ ਇਹਨਾਂ ਦਾ ਚਲਾਵਣ ਦਾ ਅਸੀਂ ਇਹ 90 ਸ਼੍ਰੀ ਦਾ ਜਿਹੜਾ ਰੋਟਾਵੈਟਰ ਹੈ ਸਹੀ, ਇਹ ਅਸੀਂ ਦੀਪਾਲਪੁਰੋਂ ਬਣਾਇਆ ਹੈ, ਬਣਾਇਆ ਯਾਨੀ ਕਿ ਉਹ ਅਸਦ ਵਾਲਿਆਂ ਕੋਲ ਸਹੀ ਆ ਸਹੀਦ ਵਾਲਿਆਂ ਕੋਲ, ਅਸਦ ਅਤੇ ਸਹੀਦ ਉਹਨਾਂ ਦਾ ਯਾਨੀ ਕਿ ਜਦੋਂ ਇੱਥੇ ਆਇਆ ਨਾ ਉਹ ਆ ਗਿਆ ਇੱਥੇ ਚੈੱਕ ਕਰਨ ਆਇਆ, ਅਤੇ ਅਸੀਂ ਰੂਸੀ ਪਿੱਛੇ ਪਾਇਆ ਹੈ, ਯਾਨੀ ਕਿ ਉਹਦਾ ਜਿਹੜਾ ਪਹਿਲਾ ਗੇਰੇ 'ਚ ਅਸੀਂ ਟੁਰਿਆ ਮਾੜਾ ਜਿਹਾ ਥੱਲੇ ਲਾਉਂਦੇ ਨਾ ਰੂਸੀ ਦਾ ਉਦੋਂ ਯਾਨੀ ਕਿ ਬੜਾ
ਔਖਾ ਜਿਹਾ ਕੰਮ ਆ, ਆਵਾਜ਼ਾਂ ਦੇ ਦੌੜ ਲੈ ਜਾਂਦਾ ਆ, ਲੋਹ ਲੈ ਜਾਂਦਾ, ਯਾਨੀ ਕਿ ਉਹਦੇ ਅਸੀਂ ਸੋਚਿਆ ਵੀ ਉਹਦੇ ਵਾਸਤੇ ਰੋਗ ਨਹੀਂ ਸਹੀ, ਤੇ ਬਾਕੀ ਤਾਂ ਫਿਰ ਬਿਜਤਰਾ ਆਪਣੇ 85 ਬਿਜਤਰ ਦੇ ਮਗਰ ਪਾਇਆ ਨੇ, ਹਾਂਜੀ ਉਹਦੇ ਮਗਰ ਪਾਇਆ, ਲੇਕਿਨ ਉਵੇਂ ਜਿਵੇਂ ਆਇਆ ਨਾ ਛੋਟੇ ਛਿਕਦੇ ਨੇ ਇਹਦੇ, ਫਿਰ ਵੱਡਾ ਨਾ ਇਹਦੇ, ਉਹਨਾਂ ਦੇ ਵਾਸਤੇ ਰੋਗ ਹੀ ਨਹੀਂ, ਜਦੋਂ ਇਹਨਾਂ ਦੇ ਪਿੱਛੇ ਪਾਇਆ ਇਹਨਾਂ ਦਾ ਤਾਂ ਯਾਨੀ ਕਿ ਕੋਈ ਇਹਨਾਂ ਦੇ ਪੁੱਛਿਆ ਹੀ ਨਹੀਂ ਵੀ ਕੋਈ ਫਰਕ ਹੀ ਨਹੀਂ ਨਾ ਆਵਾਜ਼ ਵੀ, ਬਾਵਾਂ ਨੇ ਆਖਿਆ ਸਾਡੇ ਪਿੱਛੇ ਭਾਵੇਂ ਦੋ ਪਾ ਦਿਓ। ਅੱਛਾ ਅੱਛਾ, ਇਹਨੂੰ ਤੁਸੀਂ 540 ਚੱਕਰ ਤੇ ਚਲਾਉਂਦੇ ਪਿਓ ਜਾਂ 1000? ਨਹੀਂ 1000 ਚੱਕਰ ਤੇ, 1000 ਚੱਕਰ ਤੇ, 1000 ਚੱਕਰ ਤੇ ਇਹਨਾਂ ਨੂੰ ਕੋਈ ਪਰਵਾਹ, ਕੋਈ ਪਰਵਾਹ ਨਹੀਂ, ਅਸੀਂ ਦੂਸਰੇ ਚ ਵੀ ਇਹਨੂੰ ਚਲਾ ਲਈਏ ਨਾ, ਉਦੋਂ ਮਾੜੀ ਜਿਹੀ ਵੀ ਦੂਏ ਦੀ ਲਾਸ਼ ਨਾ ਮਾਰੇ, ਨਾ ਲੋਹਣ ਲਵੇ, ਬਿਲਕੁਲ ਪੀਟੀ ਸ਼ਾਫਟ ਮੁੜ ਤੇ ਐਵੇਂ ਆ ਨਾ ਜਿਵੇਂ 100%। ਹਾਥੀ ਇਹ ਕੋਈ ਆਵਾਜ਼ ਅਬੂਜ਼ ਤੇ ਵੀ ਫਰਕ ਨਹੀਂ, ਚਲਾਉਣ ਦਾ ਬੜਾ ਆਸਾਨੀ ਹੈ, ਸਹੀ ਹੋ ਗਿਆ। ਉਸ ਤੋਂ ਬਾਅਦ ਡੀਜ਼ਲ ਦਾ ਖਰਚਾ ਆਉਂਦਾ ਕੀ ਸੂਰਤ ਹਾਲ ਹੈ? ਡੀਜ਼ਲ ਦਾ ਆਪਣੇ ਯਾਨੀ ਕਿ ਫੁੱਲ ਨਾਪ ਕੇ ਭਾਈ ਹੈ ਨਾ, ਰੂਸੀ ਜਿਹੜਾ ਉਹ 7-8 ਲੀਟਰ ਦਾ ਹਿਸਾਬ ਦਾ ਰੱਖਦਾ ਹੈ, ਸਹੀ, ਤੇ ਜਿਹੜਾ ਇਹਦਾ ਇਹਨੂੰ ਵੀ ਉਸ ਹਿਸਾਬ ਵਿੱਚ ਅਸੀਂ ਵਾਹਿਆ, ਸਹੀ, ਇਹਨੇ ਦਿੱਤੀ ਹੈ 6.5-6 ਲੀਟਰ ਦੀ ਵੱਡੇ ਟਰੈਕਟਰ, ਯਾਨੀ ਕਿ ਫੁੱਲ ਮੱਕੀ ਦੇ ਸੁੰਡੇ ਆ ਰੂਟਾਵਾਟਰ ਤੇ, ਹਾਂ ਰੂਟਾਵਾਟਰ, ਠੀਕ ਹੋ ਗਿਆ, 6 ਲੀਟਰ ਦੀ ਹੈ। ਤੇ ਗੋਬਲ ਤੇ ਇਹਦਾ ਤਕਰੀਬਨ ਕਿੰਨਾ? ਗੋਬਲ ਇਹ ਛੋਟੀ ਹੈ, ਇਹਨੂੰ ਇਹਦੇ ਤੇ ਇੰਨਾ ਖਰਚਾ, ਯਾਨੀ ਕਿ ਇਹ ਗੋਬਲ ਕਿੰਨੇ ਤਵੀ ਹੈ? ਇਹ ਹੈ ਜੀ 18 ਤੇ। ਅੱਛਾ, ਤੇ ਇਹ ਤਾਂ ਇਹਦੇ ਪਿਛਾ ਹੀ ਕੋਈ ਨਹੀਂ, ਇਹ ਤਾਂ ਐਵੇਂ ਆ ਜਿਵੇਂ ਖਾਲੀ ਚੱਲਦਾ ਪਿਆ, ਲੇਕਿਨ ਖਰਚਾ ਉਹਨਾਂ ਹੀ ਕਰਦਾ ਜਿਵੇਂ ਦੂਸਰਾ ਕਰਦਾ, ਸਹੀ। ਤੇ ਗੋਬਲ ਹੁਣ ਕਿਉਂਕਿ ਵੱਡੀ ਜਾਂਦੇ ਮਗਰ ਹੋਣੀ ਚਾਹੀਦੀ, ਅਸੀਂ ਲੈ ਰਹੇ ਹਾਂ ਨਾ ਨਾ ਗੋਬਲ ਇਹਦੇ ਲੈ ਕੇ, ਹਾਂਜੀ। ਤੇ ਗੋਬਲ ਇਹਦੇ ਮਗਰ ਤੁਸੀਂ ਕੀ ਆਉਂਦੇ ਨੇ, ਕਿੰਨੇ ਕਟਰ ਹੋਣੇ ਚਾਹੀਦੇ? ਇਹਦੇ ਵਿੱਚ ਭਾਵੇਂ 30 ਕਟਰ ਦੀ ਹੋਵੇ ਤਾਂ ਵੀ ਇਹਨਾਂ ਤੋਂ ਕੋਈ ਪਰਵਾਹ ਨਹੀਂ, ਜਿਸ ਹਿਸਾਬ ਦੇ ਅਸੀਂ ਇਹਨੂੰ ਚੈੱਕ ਕੀਤਾ ਨਾ, ਦਿਵਾਲਪੁਰ ਚੈੱਕ ਕੀਤਾ, ਉੱਥੇ ਇਹਦੇ ਵਿੱਚ ਪਾਈ ਅੱਛਾ ਵੀ। ਅੱਛਾ, ਤੇ ਇਹਨੂੰ ਮਾੜਾ ਜਿਹਾ ਟਾਇਰ ਖੋਲ ਗਿਆ, ਨਹੀਂ ਜੱਕ ਖੋਲ ਚੱਕ ਲਿਆ, ਇਹਨੂੰ ਕੋਈ ਖੋਲ ਛੱਡੀ ਨਹੀਂ। ਉਹ ਕਿੰਨੇ ਤਾਂ ਪਿਆਗੀ ਜੀ? ਅੱਛਾ ਵੀ, ਅੱਛਾ ਵੀ, ਅਤੇ ਉਹ ਤਾਂ ਇਹਨੂੰ ਕੋਈ ਟੈਨਸ਼ਨ ਨਹੀਂ ਹੋਈ, ਠੀਕ ਹੋ ਗਿਆ। ਬਾਕੀ ਭਾਈ ਜੀ ਤੁਸੀਂ ਹੁਣ ਦੱਸੋ, ਭਾਈ ਮੁਹੰਮਦ ਆ, ਤੁਸੀਂ ਚਲਾ ਰਹੇ ਹੋ ਛੋਟਾ ਟਰੈਕਟਰ 75 ਹੋਰਸ ਪਾਵਰ, ਆਪਣੇ ਕੋਲ ਇਸ ਤੋਂ ਪਹਿਲੇ ਮੁਕਾਮੀ ਟਰੈਕਟਰ ਜਿਹੜੇ 75 ਹੋਰਸ ਪਾਵਰ ਆਏ ਨੇ, ਉਹਨਾਂ ਦੀ ਨਿਸਬਤ ਇਹ 75 ਹੋਰਸ ਪਾਵਰ ਕਿਹੋ ਕੰਮ ਕਰ ਰਹੀ ਹੈ? ਉਹਨਾਂ ਦੀ ਨਿਸਬਤ ਇਹ ਬਹੁਤ ਚੰਗਾ ਚੱਲਦਾ ਹੈ, ਠੀਕ ਹੈ ਨਾ, ਜਿਹੜੀ ਚੱਸ ਇਹਦੇ 'ਚ ਉਹ ਉਹਨਾਂ 'ਚ ਕੋਈ ਨਹੀਂ, ਸਮਝ ਆ? ਇਹਦਾ ਜਿਹੜਾ ਜਿਹੜਾ ਉਗਾਰ ਇਹ ਚਲਾਉਂਦਾ ਪਿਆ ਵੱਡਾ, ਉਹ ਹੀ ਇਹ ਚਲਾਉਂਦਾ ਪਿਆ। ਅੱਛਾ, 90 ਫਾਲੀ ਰੂਟਾਵਟ ਉਹ ਵੀ ਇਹਨੇ ਮਗਰ ਪਾਇਆ, ਕੋਈ ਇਨਵਰਸਰ ਨਹੀਂ, ਕੋਈ ਕਿਸੇ ਕਿਸਮ ਦਾ ਲੋਡ ਨਹੀਂ, ਇੰਜਣ ਉਹਦਾ ਵੀ 4 ਸਿਲੰਡਰ ਹੈ, ਹਾਂਜੀ ਇਹਦਾ ਵੀ 4 ਸਿਲੰਡਰ ਹੈ, ਠੀਕ ਹੋ ਗਿਆ। ਬਾਕੀ ਗੇਅਰਾਂ ਗੇਅਰ ਜਿਹੜੇ ਨੇ ਉਹਦੇ ਹਾਈ ਲੋ ਮੀਡੀਅਮ ਤਿੰਨ ਨੇ, ਇਹਦੇ ਵੀ 3 ਸਪੀਡਾਂ ਨੇ, ਤੇ ਇਹ ਇਹਨਾਂ ਦਾ ਕੋਈ ਤੁਹਾਨੂੰ ਫਾਇਦਾ ਹੋਇਆ 3 ਸਪੀਡਾਂ ਦਾ? ਫਾਇਦਾ ਹੈ, ਸਹੀ, ਮੀਡੀਅਮ ਵਿੱਚ ਬਾਣ ਮੀਡੀਅਮ ਵਿੱਚ ਬਾਣ, ਮਤਲਬ ਹੈ ਵੀ ਫਾਇਦਾ ਤਾਂ ਹੋ ਗਿਆ ਨਾ, ਜਿੱਥੇ ਹਾਈ ਵਿੱਚ ਨਹੀਂ ਚੱਲਦਾ ਉੱਥੇ ਮੀਡੀਅਮ ਵਿੱਚ ਚਲਾਓ, ਲੋਕ ਲੋ ਵਿੱਚ ਲਾਉਂਦੇ ਆਏ ਤਾਂ ਤੇਲ ਦਾ ਖਰਚਾ ਘਣਾ ਹੁੰਦਾ, ਜੇ ਹਾਈ ਵਿੱਚ ਲਾਉਂਦੇ ਆ ਤਾਂ ਇੰਜਣ 'ਤੇ ਲੋਡ ਪੈਂਦਾ, ਲੋਡ ਪੈਂਦਾ। ਹੁਣ ਉਹਨਾਂ ਸੈਂਟਰ ਵਾਲਾ ਗੇਅਰ ਵੀ ਦੇ ਦਿੱਤਾ, ਵੀ ਜੇ ਅਗਰ ਤੁਸੀਂ ਸੈਂਟਰ ਵਾਲਾ ਗੇਅਰ ਮੁੰਤਖਬ ਕਰੋ, ਸੈਂਟਰ ਵਾਲਾ ਤਾਂ ਠੀਕ ਹੈ, ਉਹਦਾ ਜਿਹੜਾ ਪੂਰਾ ਆ ਜਾਏ, ਲੋ ਚਲਾਉਣਾ ਬਿਲਕੁਲ, ਲੋ ਚਲਾਉਣਾ ਮੀਡੀਅਮ ਵਿੱਚ ਬਿਲਕੁਲ ਆ ਜਾ, ਜੇ ਉਸ ਤੋਂ ਵੀ ਥੱਲੇ ਚਲਾਉਣਾ ਹੈ ਹਾਈ ਲੋ ਲੋ 'ਚ, ਉੱਥੇ ਚਲਾਓ। ਅੱਛਾ, ਉਹਦੇ ਤੇ ਪੀਟੀਓ ਚੱਕਰ ਕਿੰਨੇ ਹੈਗੇ ਨੇ? ਉਹਦੇ ਤੇ 540,000 ਟੂਟਾ ਵਾਟਰ, ਉਹਦੇ ਤੇ ਕਿੰਨੇ ਕਟਰ ਕਿੰਨੇ ਆਰਪੀਐਮ ਤੇ ਚਲਾਉਂਦੇ? 1000 ਤੇ, 1000 ਚੱਕਰ ਤੇ, ਹਾਂਜੀ। ਤਾਂ ਕੋਈ ਨਾ ਕੋਈ ਨਾ ਕਰਵਾ, ਕੋਈ ਨਾ ਸਰ, ਯਾਰ ਕਮਾਲ ਵਾਲੀ ਗੱਲ ਨਹੀਂ ਹੈਗੀ, ਮੈਂ ਕਹਿੰਦਾ ਉਹ ਲੋਡ ਹੀ ਨਹੀਂ ਲੈਂਦਾ, ਜਮੀਨ ਕਰਕੇ ਅਸੀਂ ਉਹਦੇ ਮਗਰ ਹੀ ਮਾਰਦੇ ਰਹੇ, ਟੂਟਾ ਵਾਟਰ ਕਟਰ ਬਾਅਦ ਹੀ ਜਬਰਦਸਤ ਹੋ ਗਿਆ। ਅਤੇ ਬਾਕੀ ਕੰਪਨੀ ਜਨਾਬ 22 ਸਾਲ ਆਈ ਹੈ ਨਵੀਂ, ਕਿਉਂਕਿ ਨਵੀਂ ਹਾਲੇ ਪਾਕਿਸਤਾਨ ਵਿੱਚ ਆਈ ਹੈ, ਹਾਲੇ ਤੱਕ ਇਹਦੇ ਕਈ ਫਾਲਟ ਗਿਆ ਸਨ, ਕਈ ਚੀਜ਼ਾਂ ਤੁਸੀਂ ਉਹਨਾਂ ਨੂੰ ਦੱਸੋਗੇ ਕੰਪਨੀ ਨੂੰ, ਉਹ ਆਪਦੇ ਆਉਣ ਵਾਲੇ ਮਾਡਲ ਵਿੱਚ ਤਬਦੀਲੀਆਂ ਕਰਵਾ ਸਕਣ, ਕੁਛ ਮਜ਼ੀਦ ਬਿਹਤਰੀ ਕਰ ਸਕਦੇ, ਠੀਕ ਹੈ ਨਾ ਜੀ? ਕਿਉਂਕਿ ਕੰਪਨੀ ਨਵੀਂ ਨਵੀਂ ਆਈ, ਤੁਸੀਂ ਪਹਿਲੇ ਟਰੈਕਟਰ ਲਿਆਉਂਦੇ ਨੇ,
ਅਤੇ ਤੁਸੀਂ ਇਸਤੇਮਾਲ ਕਰ ਸਕੋ ਜਿਵੇਂ ਜਿਵੇਂ ਹੁਣ ਕੰਪਨੀ ਨੇ ਦੱਸੋਗੇ, ਕੰਪਨੀ ਕਹਿੰਦੀ ਅਸੀਂ ਉਵੇਂ ਉਵੇਂ ਆਪਣੇ ਮਾਡਲਾਂ ਵਿੱਚ ਤਬਦੀਲੀਆਂ ਕਰ ਸਕਦੇ। ਅੱਛਾ ਦੋਸਤੋ, ਤੁਹਾਨੂੰ ਡਰਾਈਵਰ ਹਜ਼ਰਾਤ ਦੀ ਗੱਲਬਾਤ ਕੈਸੀ ਲੱਗੀ? ਅਤੇ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ, ਚੈਨਲ ਸਬਸਕ੍ਰਾਈਬ ਅਤੇ ਵੀਡੀਓ ਲਾਈਕ ਜ਼ਰੂਰ ਕਰੋ। ਅੱਲਾ ਹਾਫਿਜ਼।